ਸ਼੍ਰੀ ਗਗਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਇਸ ਚਿੱਠੀ ਤੋਂ ਹੋਇਆ ਵੱਡਾ ਖੁਲਾਸਾ ਕੀ ਰਾਮ ਰਹੀਮ ਨੂੰ ਪਹਿਲਾਂ ਹੀ ਪਤਾ ਸੀ ਪਰੋਲ ਮਿਲਣ ਬਾਰੇ ਫਰਲੋ ਮਿਲਣ ਬਾਰੇ ਸੋ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਜਲਦੀ ਨਾਲ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੁਸੀਂ ਸਰਸੇ ਵਾਲੇ ਦੀ ਪੈਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਵਿਚਾਰ ਨੇ ਤੁਹਾਡੇ ਇਸ ਪ੍ਰੋਲ ਦੇ ਸੰਬੰਧੀ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਡੇਰਾ ਪ੍ਰਬੰਧਕ ਦੇ ਵੱਲੋਂ ਉਹਨਾਂ ਦੀ ਇਸ ਪਹਿਲਾਂ ਪਹਿਲੂ ਨੂੰ ਸਿਆਸਤ ਤੋਂ ਵੱਖ ਦੱਸਿਆ ਗਿਆ ਇਸ ਚਿੱਠੀ ਤੋਂ ਵੱਡਾ ਖੁਲਾਸਾ ਹੋਇਆ ਕਿ ਰਾਮ ਰਹੀਮ ਨੂੰ ਪਹਿਲਾਂ ਹੀ ਪੈਰੋਲ ਮਿਲਣ ਬਾਰੇ ਪਤਾ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ 21 ਦਿਨਾਂ ਦੀ ਪੈਰੋਲ ਮਿਲ ਗਈ ਉੱਥੇ ਹੀ 25 ਜਨਵਰੀ ਨੂੰ ਆਜੋਜਿਤ ਪ੍ਰੋਗਰਾਮ ਦੇ ਵਿੱਚ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਸਪਸ਼ਟਿਕਰਨ ਵੀ ਦਿੱਤਾ ਗਿਆ ਕਿ ਜਲਦੀ ਜੇਲ੍ਹ ਤੋਂ ਬਾਹਰ ਆ ਜਾਣਗੇ ਜਿੱਥੇ ਉਹਨਾਂ ਵੱਲੋਂ ਇਹ ਪੱਤਰ ਲਿਖਿਆ ਗਿਆ ਸੀ ਕਿ ਅਗਰ ਰੱਬ ਨੇ ਚਾਇਆ ਤਾਂ ਉਹ ਜਲਦੀ ਤੁਹਾਡੇ ਵਿਚਕਾਰ ਹੋਣਗੇ ਗੁਰੂ ਦਾ ਪੱਤਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਦੇ ਉੱਪਰ ਲਿਖਿਆ ਗਿਆ ਹੈ ਤਸਵੀਰਾਂ ਦੇ ਵਿੱਚ ਇਸ ਪੱਤਰ ਦੇ ਤੁਸੀਂ ਦੇਖ ਸਕਦੇ ਹੋ ਇਸ ਪੱਤਰ ਨੂੰ ਉਹਨਾਂ ਦੀ ਪੈਰੋਲ ਦੀ ਸੂਚਨਾ ਸੋਮਵਾਰ ਨੂੰ ਸਵੇਰੇ ਜਾਰੀ ਕੀਤੀ ਗਈ ਇਸ ਖਬਰ ਨੂੰ ਸੁਣ ਕੇ ਉਹਨਾਂ ਦੇ ਸਰਦਾਂਚ ਸਰਦਾਲਵਾਂ ਦੇ ਵਿੱਚ ਖੁਸ਼ੀ ਦੇਖੀ ਗਈ ਹੈ ਡੇਰਾ ਪ੍ਰਬੰਧਕਾ ਵੱਲੋਂ ਸਰਦਾਲਵਾਂ ਨੂੰ ਬਹੁਤ ਸਾਰੇ ਸੰਦੇਸ਼ ਜਾਰੀ ਕੀਤੇ ਗਏ ਹਨ ਜੋ ਸਥਿਤੀ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ ਪੈਰੋਲ ਮਿਲਣ ਤੋਂ ਬਾਅਦ ਗਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਮਿਲਣ ਲਈ ਰਵਾਨਾ ਹੋਏ ਹਨ ਗਰਮੀਤ ਰਾਮ ਰਹੀਮ ਦੀ ਚਿੱਠੀ ਤੋਂ ਸਪਸ਼ਟ ਸੰਕੇਤ ਮਿਲ ਰਹੇ ਸੀ ਕਿ ਉਹਨਾਂ ਨੂੰ ਆਪਣੀ ਪੈਰੋਲ ਬਾਰੇ ਜਾਣਕਾਰੀ ਪਹਿਲਾਂ ਸੀ ਜਿੱਥੇ ਉਸ ਸਥਿਤੀ ਦੇ ਵਿੱਚ ਲਿਖੀ ਗਈ ਚਿੱਠੀ ਤੋਂ ਸਾਬਤ ਹੁੰਦਾ ਹੈ ਕਿ ਪੈਰੋਲ ਮਿਲਣ ਬਾਰੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਖਬਰ ਦੇ ਪ੍ਰਤੀ ਕਮੈਂਟ ਸੈਕਸ਼ਨ ਚ ਰੱਖ ਸਕਦੇ ਹੋ ਧੰਨਵਾਦ